ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪੈਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਮੰਡੀ ਵਿੱਚ ਬਾਰਦਾਨੇ ਦੀ ਕਮੀ ਕਾਰਨ ਆੜਤੀਆਂ ਅਤੇ ਕਿਸਾਨਾਂ ਨੇ ਵੇਅਰ ਹਾਊਸ ਦੇ ਮੈਨੇਜਰ ਨੂੰ ਦਫਤਰ 'ਚ ਕੀਤਾ ਬੰਦ। ਪੰਜਾਬ ਸਰਕਾਰ ਦੇ ਵੱਲੋਂ ਮੰਡੀਆਂ ਵਿੱਚ ਕਣਕ ਦੀ ਖਰੀਦ ਕੀਤੀ ਜਾਣ ਦੇ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰੰਤੂ ਮੰਡੀਆਂ ਦੇ ਵਿੱਚ ਬਾਰਦਾਨੇ ਦੀ ਘਾਟ ਕਾਰਨ ਆੜਤੀ ਅਤੇ ਕਿਸਾਨ ਕਈ ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਨੇ। ਮੰਡੀ ਦੇ ਵਿੱਚ ਕਣਕ ਦੀ ਖਰੀਦ ਹੋਣ ਤੋਂ ਬਾਅਦ ਫਸਲ ਦੀ ਭਰਾਈ ਤੋਂ ਦੁਖੀ ਹੋਏ ਆੜਤੀਆਂ ਅਤੇ ਕਿਸਾਨਾਂ ਨੇ ਬਾਰਦਾਨੇ ਨੂੰ ਲੈ ਕੇ ਵੇਅਰ ਹਾਊਸ ਦੇ ਦਫ਼ਤਰ ਦੇ ਅੱਗੇ ਤਾਨਾ ਲਾ ਕੇ ਵੇਅਰ ਹਾਊਸ ਦੇ ਅਧਿਕਾਰੀਆਂ ਨੂੰ ਦਫ਼ਤਰ ਵਿੱਚ ਬੰਦ ਕਰ ਦਿੱਤਾ। ਇਸ ਦੌਰਾਨ ਆੜਤੀਆਂ ਅਤੇ ਕਿਸਾਨਾਂ ਨੇ ਵੀ ਪੰਜਾਬ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਵੇਅਰ ਹਾਊਸ ਦੇ ਖਿਲਾਫ਼ ਵੀ ਨਾਅਰੇ ਲਾਏ। ਇਸ ਧਰਨੇ ਦੇ ਦੌਰਾਨ ਮੌਕੇ 'ਤੇ ਪਹੁੰਚੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆੜਤੀ ਮੋਹਨ ਸਿੰਘ ਸਿੱਧੂ ਨੇ ਦੱਸਿਆ ਕਿ ਕੁਝ ਫੜਾਂ 'ਤੇ ਵੇਅਰ ਹਾਊਸ ਦੀ ਖਰੀਦ ਕੀਤੀ ਜਾ ਰਹੀ ਹੈ, ਪਰੰਤੂ ਮੰਡੀ ਵਿੱਚ ਕਈ ਦਿਨਾਂ ਤੋਂ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਮੰਡੀ ਵਿੱਚ ਖੱਜਲ ਖੁਆਰ ਹੋ ਰਹੇ ਨੇ। ਸਰਕਾਰ ਦੇ ਵੱਲੋਂ ਨਵੇਂ ਹੁਕਮ ਜਾਰੀ ਕਰਕੇ ਕਿਹਾ ਕਿ ਆੜਤੀ ਬਾਰਦਾਨੇ ਦੀ ਖਰੀਦ ਕਰਕੇ ਫਸਲ ਦੀ ਭਰਾਈ ਕਰਨ, ਪਰੰਤੂ ਸਰਕਾਰ ਦੇ ਵੱਲੋਂ ਬਾਰਦਾਨੇ ਦਾ ਰੇਟ ਸਹੀ ਨਹੀਂ ਦਿੱਤਾ ਜਾ ਰਿਹਾ। ਉਹਨਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਬਾਰਦਾਨਾ ਦਿੱਤਾ ਜਾਵੇ। ਜਦੋਂ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਮੰਡੀ ਵਿੱਚ ਫਸਲ ਲੈ ਕੇ ਬੈਠੇ ਹਨ, ਪਰੰਤੂ ਬਾਰਦਾਨਾ ਨਹੀਂ ਹੈ। ਫਸਲ ਦੀ ਭਰਾਈ ਲਈ ਅਸੀਂ ਆੜਤੀਆਂ ਨਾਲ ਝਗੜਦੇ ਹਾਂ। ਮੌਸਮ ਦੀ ਖਰਾਬੀ ਕਾਰਨ ਉਹਨਾਂ ਨੂੰ ਆਪਣੀ ਫਸਲ ਦੀ ਚਿੰਤਾ ਹੈ। ਉੱਥੇ ਹੀ ਵੇਅਰ ਹਾਊਸ ਦੇ ਇੰਸਪੈਕਟਰ ਅਲ ਵੇਲਰਾਜ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਬਾਰਦਾਨੇ ਦੀ ਘਾਟ ਹੋਣ ਕਾਰਨ ਸਮੱਸਿਆ ਆ ਰਹੀ ਹੈ। ਸਰਕਾਰ ਦੇ ਵੱਲੋਂ ਆੜਤੀ ਆਪਣੇ ਤੋਂ ਉੱਤੇ ਬਾਰਦਾਨਾ ਲਾ ਕੇ ਫਸਲ ਭਰਾ ਸਕਦੇ ਹਨ, ਜਿਸ ਦੀ ਅਦਾਇਗੀ ਕਰਵਾ ਦਿੱਤੀ ਜਾਵੇਗੀ। ਉਹਨਾਂ ਵਿਸ਼ਵਾਸ ਦਿਵਾਇਆ ਕਿ ਕੱਲ੍ਹ ਤੱਕ ਬਾਰਦਾਨਾ ਮੁਹੱਈਆ ਕਰਵਾ ਦਿੱਤਾ ਜਾਵੇਗਾ। ਇਹ ਹੈ ਜੀ ਵੇਅਰ ਹਾਊਸ ਜਿਹੜਾ ਏਜੰਸੀ ਹੈ ਸਾਡੀ, ਉਹਦੀ ਪਰਚੇਜ ਹੈ ਪਾਤਰਾ ਮੰਡੀ ਦੇ ਵਿੱਚ। ਸੋ ਪਿਛਲੇ ਤਕਰੀਬਨ ਹਫ਼ਤੇ ਦੇ ਵਿੱਚ, ਹਫ਼ਤੇ ਤੋਂ ਲੈ ਕੇ ਜਿਹੜੇ ਸਾਡੇ ਜ਼ਿਮੀਂਦਾਰ ਨੇ, ਕਿਸਾਨ ਨੇ, ਉਹ ਕਣਕ ਹੈ ਜਿਹੜੀ ਆਪਣੀ ਮੰਡੀਆਂ 'ਚ ਲੈ ਕੇ ਆਏ ਹੋਏ ਨੇ, ਉਹਨਾਂ ਦੀ ਕਣਕ ਦੀ ਪਹਿਲਾਂ ਤਾਂ ਬੋਲੀ ਦੀ ਜਿਹੜੀ ਸੁਵਿਧਾ ਸੀ ਉਹਦੇ ਵਿੱਚ ਬੜੀ ਸਾਨੂੰ ਤਕਲੀਫ ਆਈ। ਕੂਪਨ ਦੇ ਹਿਸਾਬ ਨਾਲ ਮਾਲ ਲਿਖਿਆ ਜਾਂਦਾ ਸੀ। ਸੋ ਜੇ ਉਸ ਗੱਲ ਤੋਂ ਨਿਜਾਤ ਮਿਲੀ, ਸਾਡੇ ਐਸ SDM ਸਾਹਿਬ ਨੇ ਉਸਦਾ ਇੱਕ ਹੱਲ ਲੱਭਿਆ, ਉਹ ਤੋਂ ਸਾਨੂੰ ਥੋੜ੍ਹਾ ਜਿਹਾ ਜੀ ਰਾਹਤ ਮਿਲੀ ਹੈ। ਤਾਂ ਅਗਲੀ ਪ੍ਰੋਬਲਮ ਸਮੱਸਿਆ ਜਿਹੜੀ ਸਾਡੀ ਸਭ ਤੋਂ ਵੱਡੀ ਹੈ, ਉਹ ਬਾਰਦਾਨੇ ਦੀ ਚੱਲੀ ਆ ਰਹੀ ਹੈ। ਜਦੋਂ ਇਸ ਏਜੰਸੀ ਨੇ ਇੱਥੇ ਸ਼ੁਰੂਆਤ ਕੀਤੀ ਪਰਚੇਜ਼ ਦੀ, ਤਾਂ 7% ਬਾਰਦਾਨਾ ਜਿਹੜਾ ਵੇਅਰ ਹਾਊਸ ਕੋਲ ਹੈਗਾ ਸੀ। ਸੋ ਅੱਜ ਵੀ ਜੇ ਅਸੀਂ ਗੱਲ ਕਰੀਏ ਕਿ 10 ਦਿਨ ਹੋ ਗਏ ਮੰਡੀ 'ਚ ਕਣਕਾਂ ਰੁਲਦੀਆਂ ਨੂੰ, ਅੱਜ ਵੀ ਜੇ ਵੇਅਰ ਹਾਊਸ ਦੀ ਬਾਰਦਾਨੇ ਦੀ ਗੱਲ ਤਾਂ 50% ਹੈ। ਸੋ ਹੁਣ ਜਿਹੜੇ ਕੱਲ੍ਹ ਜਿਹੜੇ DM ਸਾਹਿਬ ਨੇ ਜਾਂ ਸਰਕਾਰ ਵੱਲੋਂ ਸਾਡੇ ਹੁਕਮ ਨੇ ਜਿਹੜੇ ਨਵੇਂ ਸਾਡੇ 'ਤੇ ਫਰਮਾਨ ਜਾਰੀ ਕੀਤੇ ਨੇ ਕਿ ਪੁਰਾਣਾ ਬਾਰਦਾਨਾ ਜਿਹੜਾ ਉਹ ਆੜਤੀ ਆ ਪਰਚੇਜ਼ ਕਰਕੇ ਲਾਊਗਾ ਅਤੇ ਉਹਦੇ ਨਾਲ ਲਾ ਕੇ ਜਿਹੜਾ ਜ਼ਿਮੀਦਾਰ ਦੀ ਹੈ ਕਣਕਾਂ ਨੇ ਜਿਹੜੀਆਂ ਉਹ ਭਰੀਆਂ ਜਾਣਗੀਆਂ, ਜਦੋਂ ਕਿ ਪੁਰਾਣਾ ਬਾਰਦਾਨਾ ਬਾਜ਼ਾਰ ਦੇ ਵਿੱਚ ਰੇਟ 45 ਰੁਪਏ ਮਿਲ ਰਿਹਾ ਅਤੇ ਟੈਂਡਰ ਪਤਾ ਨਹੀਂ ਕਿੰਨੇ ਦਾ ਹੋਇਆ, ਸਾਨੂੰ ਪੈਸੇ ਉਹ ਮਿਲਣਗੇ ਵੀ ਕਿ ਨਹੀਂ ਮਿਲਣਗੇ ਸਾਨੂੰ ਕੁਛ ਨਹੀਂ ਪਤਾ। ਸੋ ਸਾਡੀ ਇੱਕੋ ਹੀ ਮੰਗ ਹੈ, ਕਿਉਂਕਿ ਪਿਛਲੇ ਹਫ਼ਤੇ ਤੋਂ ਜਿਹੜੇ ਜ਼ਿਮੀਦਾਰ 10 ਦਿਨ ਤੋਂ ਬੈਠੇ ਨੇ, ਉਹਨਾਂ ਦੀ ਜਦੋਂ ਕੋਈ ਕਣਕ ਦੀ ਬਾਰੀ ਤੁਲਣ ਦੀ ਆਉਂਦੀ ਹੈ ਤਾਂ ਉਹਦੇ ਕੋਲ ਬਸ ਸਾਡੇ ਕੋਲ ਬਾਰਦਾਨਾ ਹੈ ਨਹੀਂ। ਸੋ ਸਾਡੀ ਇੱਕ ਬੇਨਤੀ ਹੈ ਤੁਹਾਡੇ ਪ੍ਰੈਸ ਦੇ ਮਾਧਿਅਮ ਜ਼ਰੀਏ ਕਿ ਸਾਨੂੰ ਜਿਹੜਾ ਇੱਥੇ ਵੇਅਰ ਹਾਊਸ ਦੀ ਏਜੰਸੀ ਆ ਜਿਹੜੀ ਪਰਚੇਜ਼ ਹੈ ਉਹਦਾ ਜਿਹੜਾ ਬਾਰਦਾਨਾ 50% ਦੀ ਸ਼ੋਰਟੇਜ ਆ ਉਹ ਜਲਦੀ ਤੋਂ ਜਲਦੀ ਹੈ ਪੂਰੀ ਕਰਵਾਈ ਜਾਵੇ। ਉਹ ਚਾਹੇ ਸਾਨੂੰ ਪੁਰਾਣਾ ਸੈਕਿੰਡ ਬਾਰਦਾਨਾ ਦਿੱਤਾ ਜਾਵੇ, ਚਾਹੇ ਨਵਾਂ ਦਿੱਤਾ ਜਾਵੇ, ਚਾਹੇ PP ਦਿੱਤਾ ਜਾਵੇ, ਤੁਰੰਤ ਫੌਰੀ ਤੌਰ 'ਤੇ ਬਾਰਦਾਨਾ ਸਾਨੂੰ ਮੁਹੱਈਆ ਕਰਵਾਇਆ ਜਾਵੇ। ਅਸੀਂ ਅੱਜ ਵੇਅਰ ਹਾਊਸ ਦਾ ਦਫ਼ਤਰ ਹੈ ਜਿਹੜਾ ਇੰਸਪੈਕਟਰ ਸਾਹਿਬ ਨੂੰ ਅਸੀਂ ਇੱਥੇ ਦਫ਼ਤਰ ਦੇ ਵਿੱਚ ਬੰਦ ਕਰਕੇ ਇੱਥੇ ਬੈਠੇ ਹਾਂ, ਜਿੰਨਾ ਚਿਰ ਸਾਡਾ ਇਹ ਸਾਡੀਆਂ ਮੰਗਾਂ ਨੇ ਜਿਹੜੀਆਂ ਬਾਰਦਾਨੇ ਦੀਆਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਉਨਾ ਚਿਰ ਅਸੀਂ ਇਸ ਦਫ਼ਤਰ ਮੂਹਰੋਂ ਉੱਠ ਕੇ ਨਹੀਂ ਜਾਂਦੇ। ਚਾਹੇ ਉਹ ਰਾਤ ਨੂੰ ਵੀ ਸਾਨੂੰ ਉਰੇ ਧਰਨਾ ਦੇਣਾ ਪਵੇ, ਦਿਨ 'ਚ ਦੇਣਾ ਪਵੇ, ਜਦੋਂ ਸਾਨੂੰ ਬਾਰਦਾਨੇ ਦਾ ਪ੍ਰਬੰਧ ਹੋਊਗਾ ਉਦੋਂ ਅਸੀਂ ਇੱਥੋਂ ਇੰਸਪੈਕਟਰ ਨੂੰ ਇਸ ਦਫ਼ਤਰ 'ਚੋਂ ਉੱਠਣ ਦੇਵਾਂਗੇ ਨਹੀਂ, ਉਨਾ ਚਿਰ ਅਸੀਂ ਇਹਨੂੰ ਇੱਥੇ ਨਜ਼ਰਬੰਦ ਹੈ ਜਿਹੜਾ ਇੱਥੇ ਕਰਕੇ ਰੱਖਾਂਗੇ। ਪ੍ਰਗਟ ਸਿੰਘ ਹੈ ਜੀ, ਪਿੰਡ ਦੜਬਾ ਜੀ। ਸਮੱਸਿਆ ਸਾਨੂੰ ਇਹ ਆਈ, ਸਾਨੂੰ 10 ਦਿਨ ਹੋ ਗਏ ਘੱਟੋ ਘੱਟ ਬੈਠੇ ਨੂੰ ਉਰੇ ਜੀ, ਬਾਰਦਾਨਾ ਨਹੀਂ ਆ ਰਿਹਾ ਜੀ ਸਾਡੇ ਕੋਲ ਜੀ। ਉਹਦੇ ਕਾਰਨ ਅਸੀਂ ਇਹਨਾਂ ਨਾਲ ਜਿੱਦੋ ਜਹਿਦ ਕਰਦੇ ਹਾਂ ਅਸੀਂ ਮਲੀਮਾਂ ਨਾਲ, ਆੜਤੀਆਂ ਨਾਲ, ਇਹ ਗਾਹਾਂ ਕਹਿੰਦੇ ਸਾਡੇ ਕੋਲ ਬਾਰਦਾਨਾ ਨਹੀਂ ਹੈਗਾ ਜੀ। ਇਹ ਸਮੱਸਿਆ ਸਾਨੂੰ ਸਭ ਤੋਂ ਜ਼ਿਆਦਾ ਪੜਦਾ, ਅਸੀਂ ਮੁਸ਼ਕਲ ਨਾਲ ਵੱਢ ਕੇ ਲਿਆ, 6 ਮਹੀਨੇ ਹੈਰਾਨ ਹੋਏ ਅਸੀਂ ਆਪਣੇ ਖੇਤਾਂ 'ਚ ਜੀ। ਉਦੋਂ ਬਾਅਦ ਸਾਨੂੰ ਹੱਪ ਡਾਊਨ ਕਰਦੇ ਹਾਂ, ਪਿੰਡ ਉਹਨਾਂ ਮੇਰਾ 25 ਕਿਲੋਮੀਟਰ ਆ ਜੀ, ਕਦੇ ਆਉਂਦੇ ਆ ਕਦੇ ਜਾਂਦੇ ਹਾਂ, ਜਦੋਂ ਆਉਂਦੇ ਆ ਕਹਿੰਦੇ ਬਾਰਦਾਨਾ, ਜਦੋਂ ਆਉਂਦੇ ਜੀ ਬਾਰਦਾਨਾ ਨਹੀਂ ਹੈਗਾ। ਇਸ ਕਰਕੇ ਸਾਨੂੰ ਬਹੁਤ ਮੁਸ਼ਕਲਾਂ ਨੇ ਸਰਕਾਰ ਵੱਲੋਂ। ਮੌਸਮ ਦੀ ਖਰਾਬੀ ਲੱਗਦਾ ਵੀ, ਮੌਸਮ ਬਹੁਤ ਜ਼ਿਆਦਾ ਖਰਾਬ ਆ ਜੀ, ਪਹਿਲਾਂ ਉਹ ਮਸਾਂ ਸਾਮੀਆਂ ਨੇ ਲਿਆਤੀਆਂ ਨੇ ਉਰੇ, ਤਾਂ ਮੰਡੀਆਂ ਜ਼ਰੂਰ ਲਿਆ ਜੀ, ਤੁਲ ਨਹੀਂ ਰਹੀ ਸਾਨੂੰ, ਪੂਰਾ ਹਫ਼ਤੇ ਤੋਂ ਉੱਪਰ ਹੋ ਗਿਆ ਜੀ। ਪੇਮੈਂਟ ਵਗੈਰਾ ਕੋਈ ਕੁਛ ਨਹੀਂ ਹੋਇਆ ਜੀ ਹਲੇ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਤੋਂ ਹੀ ਮੰਗ ਕਰਦੇ ਹਾਂ ਸਾਨੂੰ ਬਾਰਦਾਨਾ ਮਿਲੇ, ਸਾਡੀ ਉਸ ਸਮੇਂ ਸਿਰ ਪੇਮੈਂਟ ਮਿਲੇ ਜੀ। ਇਹਨਾਂ ਦਾ ਜੀ ਐਕਚੁਅਲੀ ਬਾਰਦਾਨੇ ਦਾ ਛੋਟਾ ਜਿਹਾ ਇਸ਼ੂ ਹੈ, ਜਿਹੜੀ ਪਿੱਛੋਂ ਸਪਲਾਈ ਲੇਟ ਹੋਣ ਕਰਕੇ ਸਾਡੇ ਕੋਲ ਉਰੇ ਬਾਰਦਾਨਾ ਨਹੀਂ ਪਹੁੰਚਿਆ, ਪਿੱਛੋਂ ਸ਼ੋਰਟੇਜ ਰਹੀ ਹੈ ਸਰਕਾਰ ਦਾ ਵੀ। ਇਹਨਾਂ ਨੂੰ ਅਸੀਂ ਇਹ ਬੇਨਤੀ ਕੀਤੀ ਹੈ
ਵੀ ਤੁਸੀਂ ਆਪਣੇ ਵੱਲੋਂ ਜੇ ਨਹੀਂ ਤੁਹਾਡਾ ਕੰਮ ਖੜਦਾ ਇੰਨੇ ਆਪਣੇ ਵੱਲੋਂ ਬਾਰਦਾਨਾ ਲਾ ਲਓ। ਜੋ ਸਰਕਾਰ ਨੇ ਪੋਲਿਸੀ ਬਣਾਈ ਹੈ ਵੀ ਕਲਾਸ ਬਾਰਦਾਨੇ ਦੀ, ਉਸ ਮੁਤਾਬਕ ਅਸੀਂ ਪੇਮੈਂਟ ਕਰਵਾ ਦਾਂਗੇ। ਹਾਂਜੀ ਹਾਂਜੀ ਬਿਲਕੁਲ ਬੰਦ ਕੀਤਾ ਹੋਇਆ ਜੀ, ਅੰਦਰ ਨਹੀਂ ਜਾਣ ਦਿੰਦੇ ਜੀ, ਪਿਛਲੇ 2 ਘੰਟੇ ਤੋਂ ਮੈਂ ਅੰਦਰ ਹੀ ਬੈਠਾ ਜੀ। ਹਾਂਜੀ ਬਿਲਕੁਲ, ਮੈਂ ਆਪਣੇ ਬੌਸ ਨੂੰ ਕਰਤਾ, ਉਹਨਾਂ ਨੇ ਮੈਨੂੰ ਇਹ ਆਸ਼ਵਾਸਨ ਦਵਾਇਆ। ਮੈਂ ਇਹਨਾਂ ਨੂੰ ਵੀ ਕਿਹਾ ਵੀ ਕੱਲ੍ਹ ਤੱਕ ਦੁਪਹਿਰ ਤੱਕ ਅਸੀਂ ਪੀਪੀ ਦੀਆਂ ਗੱਠਾਂ ਅਤੇ ਬੀ ਕਲਾਸ ਬਾਰਦਾਨਾ ਸਾਡੇ ਪਟਿਆਲੇ ਤੋਂ ਲੋਡ ਹੋ ਕੇ ਆ ਜੀ। ਨਹੀਂ ਮੈਂ ਆਪਣੇ ਬੌਸ ਨੂੰ ਡੀ ਐਮ ਸਾਹਿਬ ਨੂੰ ਦੱਸਤਾ ਜੀ, ਸਾਰੀ ਸਿਚੁਏਸ਼ਨ ਉਹਨਾਂ ਦੇ ਹੱਥ 'ਚ ਆ, ਸ਼ਾਇਦ ਹੋ ਸਕਦਾ ਆ ਜਾਣ। ਪ੍ਰਸ਼ਾਸਨ ਦੇ ਮੈਂ ਧਿਆਨ 'ਚ ਲਿਆ ਤਾ ਆਪਣੇ ਬੌਸ ਦੇ, ਜਿੱਦਾਂ ਡਿਪਾਰਟਮੈਂਟ ਕਾਰਵਾਈ ਕਰੂਗਾ ਮੇਰਾ, ਮੈਂ ਬੈਠਾ ਉਹਨਾਂ ਨੂੰ। ਨਹੀਂ ਮੇਰੇ ਕੋਲ ਕੋਈ ਨਹੀਂ ਪਹੁੰਚਿਆ ਜੀ। ਦੇਖੋ ਮੈਂ ਤਾਂ ਇਹ ਵਿਸ਼ਵਾਸ ਦਿਵਾਉਂਦਾ ਵੀ ਕੱਲ੍ਹ ਤੱਕ ਜਿਹੜੀ ਇਹ ਸਪਲਾਈ ਬਾਰਦਾਨੇ ਦੀ ਆ ਜੂਗੀ, ਕੱਲ੍ਹ ਦੁਪਹਿਰ ਤੱਕ ਅਸੀਂ ਸਾਰਾ ਪ੍ਰਭਾਵ ਇਹਨਾਂ ਨੂੰ ਬਾਰਦਾਨਾ ਪ੍ਰੋਵਾਈਡ ਕਰਾ ਦਾਂਗੇ, ਕਿਉਂਕਿ ਬੀ ਕਲਾਸ ਦੇ ਆਰਡਰਾਂ ਪੰਜਾਬ ਸਰਕਾਰ ਨੇ ਕੱਲ੍ਹ ਹੀ ਕੀਤੇ ਆ ਜੀ। ਅਸੀਂ ਫਿਰ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਂਦਾ ਵੀ ਜੇ ਕੋਈ ਲਾ ਸਕਦਾ ਕਿਤੇ ਕੰਮ ਖੜਦਾ, ਉਹ ਆਪਣਾ ਇੰਨੇ ਯੂਜ ਕਰ ਲਓ ਬੀ ਕਲਾਸ ਬਾਰਦਾਨਾ, ਸਾਨੂੰ ਦਿਖਾ ਕੇ ਜੋ ਉਹਦੀ ਪੇਮੈਂਟ ਬਣੂਗੀ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਅਸੀਂ ਉਹਨਾਂ ਨੂੰ ਦਵਾ ਦਾਂਗੇ ਜੀ। ਮੈਂ 1,94,000 ਗੱਟਾ ਖਰੀਦਤਾ ਜੀ ਬਾਰਦਾਨਾ, ਤਕਰੀਬਨ ਮੇਰੇ ਕੋਲ 1,90 ਕੁ ਦਾ ਹੈਗਾ ਸੀਗਾ ਜੀ, ਉਹ ਮੈਂ ਇਹਨਾਂ ਨੂੰ ਦਿੱਤਾ। ਕੁਛ ਆੜਤੀਆਂ ਨੇ ਦੂਜੀਆਂ ਏਜੰਸੀਆਂ ਤੋਂ ਲੋਨ ਲੈ ਕੇ, ਜਾਣੀ ਕਿ 1,94,000 ਦਾ ਮੈਂ ਪਾ ਪਾਇਆ। ਪਾਤਰਾ ਤੋਂ ਸਤਪਾਲ ਗਰਗ ਦੀ ਰਿਪੋਰਟ।